सो गाइस की हाल चाल सौदा फुली सारे कैट होंगे अमरिंदर सिद्धू एक्स मिकी ओजी टर्बन प्राइड गाना ये राके भाई नू किसी ने रिप्लाई किया राके नू मैं भाई फिर क्यों कह रहे हैं क्योंकि कई लोग कहते भाई तू भाई क्यों कहना भाई गल तक है साड़ी कोई पर्सनल खारता है नहीं है ना तो आ जाओ सुनिए की चक्कर है क्या बात है फैमिली चला रू है मैं टप देने जट देना पैरा वर के जड़ा दे बठला जे दिल आप कसे हुए टायरा वर के खड़ के स्टेज ते की गौन गे साज नू ना हाथ लाउंदे जो लाइव गाउंदियां दी वीडियो ना मिलदी कला डो ट्यून लाउंदे जो Bro gave big statement है ते क्या यार क्या बात है भाई बहुत सोना लिखा है यार नाइस पेंट भी नहीं खरदी गलाने मार दे एंकरां दे मूरे साले बैठ के एवे मिठी आने मार दे गल तो पक्की है ये गल भुल जो कदी भी के कदी भी की मतलब यार मैनू नहीं लगता कि कोई भी बंदा जाके अपनी ट्रू साइड दिखाता सारे हर बंदा अकॉर्डिंग टू द ट्रैक या अकॉर्डिंग टू द फिल्म ही दिखा रहा हों जे आप एग्जाम्पल ले लीए कई बड़े आर्टिस्टों की तो जो उन्हों की सैड फिल्म आ रही है थोड़ी जी तो सैड मूड च इंटरव्यू देंगे जो उन्हों की फिल्म हास्य वाली आ रही तो हास्य वाले मूड च इंटरव्यू देंगे सो ये सारा कुछ पहले प्री प्लैंड हों पहले दस चाहे कोई भी सिंगर है कोई भी ठीक है सिर्फ ना तुसी उस इंसान दे इंटरव्यू ते विश्वास कर सकते हो जिहड़ा अकॉर्डिंग टू देयर फिल्म या अकॉर्डिंग टू देयर सोंग चेंज नहीं कर रहा ठीक है उस एग्जैक्टली सेम इंटरव्यू दे रहा है ठीक है हर इंटरव्यू उहदा टोन उहदे हाव भाव सब कुछ सेम ने फिर तुसी उहदी गल ते विश्वास कर सकते हो नहीं तां इट्स नॉट दैट ईजी मोहब्बत तक जट दी आ पग बोलदी हो तेरे विच बोलदा हुआ अमली साडे च तां अग बोलदी आए 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 इतना पता तेरे यार नाम लाउंदे अख नारानिए ओ पक्का वालिया दे हुंदे ना मुकाबले रंगोंदे वाल तारानिए ओ थापी मारने दा जोर नी ओ पट ते हलाउंदे लक तारानिए ओ पक्का वालिया दे हुंदे ना मुकाबले रंगोंदे वाल तारानिए ओ पक्का वालिया दे हुंदे ना मुकाबले रंगोंदे वाल तारानिए That's true. Yeah. Mikey OG in the house. OG, OG. ਰੱਖ ਦਿੰਦੇ ਪਿੱਲੇ ਬਾਲ ਸਾਲੇ ਪਣ ਦੇ ਸਟਾਰ ਹੇਠ ਪਿੱਛੇ ਥੋਟੇ ਸਾਫ ਚਮਕਦੀ ਹਾਰ ਬਿਨਾਂ ਗੱਲੋਂ ਐਵੇਂ ਕਾਤੋਂ ਖਾਈ ਜਾਂਦੇ ਖਾਰ ਉੱਚੀਆਂ ਨੇ ਗੱਲਾਂ ਸਿੱਧੂ ਪਹੁੰਚ ਤੁਸੀਂ ਬਾਹਰ ਤੁਹਾਡੇ ਵਾਂਗੂ ਆਉਣ ਦੀ ਗੱਲ ਹੈ ਕਾਇਆ ਪੰਜਾਬ ਦੀ ਜਵਾਨੀ ਨੂੰ ਨਹੀਂ ਪੁੱਠੇ ਕੰਮ ਲਾਇਆ ਅਣਖੀ ਸੀ ਗੀਤ ਕਦੇ ਲੱਕ ਨਹੀਂ ਹਿਲਾਇਆ ਸੋ ਸਾਡੇ ਉੱਚ ਤੁਹਾਨੂੰ ਸਮਝ ਨਹੀਂ ਆਇਆ ਤੇਰੇ ਜੇ ਸਲਾਰੂਆਂ ਦਾ ਗੀਤ ਅਸੀਂ ਪਵਾਇਆ ਬਿੱਲਬੋਰਡ ਤੱਕ ਅਸੀਂ ਪੱਗ ਨੂੰ ਪਹੁੰਚਾਇਆ ਆਏ ਯਾ ਬੇਬੀ ਤੂੰ ਕਰੇਂਗਾ ਮੁਕਾਬਲੇ ਬੜਾ ਵੱਡਾ ਬਾਈ ਨਾਲ ਮੇਰੇ ਲੰਗਾ ਬੱਤੀ ਬੋਰ ਦੱਬ ਮੇਰੇ ਕੱਲਾ ਕੱਲਾ ਵੈਰੀ ਸਾਂਭਲੇ ਯਾਰ ਗੱਲਾਂ ਬਹੁਤ ਖਰੀਆਂ ਲਿਖੀਆਂ ਹੈ ਨਾ ਪਤੰਦਰਾਂ ਨੇ ਜੇ ਆਪਾਂ ਧਿਆਨ ਨਾਲ ਸੁਣੀਏ ਤਾਂ ਇਕੱਲੀ ਇਕੱਲੀ ਗੱਲ ਦਾ ਮੀਨਿੰਗ ਬਣਦਾ ਤੋਤੇ ਉਡਾ ਦੇਣਗੇ ਤੋਤੇ ਸਿੰਘ ਫਸਾ ਕੇ ਦੇ ਹੋ ਚੁਰਤਾਂ ਦੀ ਗੱਲ ਕਿਵੇਂ ਕਰਨੀ ਕਮੇਲੀ ਵਾਲੇ ਕੋਲੋਂ ਸਿੱਖ ਲਈ ਹੋ ਸਿੱਧੂ ਤੈਨੂੰ ਦੱਸੂ ਵਿਸਤਾਰ ਚ ਪਵਾਉ ਚੰਗੀ ਤਰ੍ਹਾਂ ਕਿਕਲੀ ਉਹ ਚੰਗੀਆਂ ਗੱਲਾਂ ਨੇ ਉਹ ਤੋਂ ਸਿੱਖੀਆਂ ਤਾਂ ਹੀ ਆ ਸ਼ਹੀਦ ਮੰਨਦੇ
ਸੱਚੀ ਗੱਲ ਆ ਹੋ ਡਰਿਆ ਨਹੀਂ ਮੌਤ ਮੂਰੇ ਸੂਰਮਾ ਵਾਰ ਸੁਣ ਵੈਰੀ ਕੰਬਦੇ ਯਾਰ ਆਪ ਤਾਂ ਸਾਲੇ ਕਿਸੇ ਲਾਈਨ 'ਚ ਹੀ ਨਹੀਂ ਆਉਂਦੇ ਹੈਗੇ ਅਤੇ ਯਾਰ ਉਹਦੇ ਨਾਲ ਤੁਸੀਂ ਕੰਪੀਟੀਸ਼ਨ ਲਾਉਣ ਫਿਰਦੇ ਹੋ ਜਿਹੜਾ ਜਿਉਂਦੇ ਜੀ ਕਹਿ ਗਿਆ ਹੈਗਾ ਸਾਡੇ ਲੈਵਲ ਦੇ ਨਾਲ ਹਾਣ ਦੀ ਹੈ ਤੁਸੀਂ ਉਸ ਬੰਦੇ ਨਾਲ ਗੱਲ ਕਰਕੇ ਜਿਹਨੂੰ ਜਿਉਂਦੇ ਜੀ ਆ ਜਿਹਦੇ ਮਤਲਬ ਯਾਰ ਕਿਸੇ ਵੀ ਬੰਦੇ ਨੂੰ ਡੈਥ ਥ੍ਰੈਟ ਨਹੀਂ ਆਉਣੀ ਚਾਹੀਦੀ ਕੋਈ ਵੀ ਬੰਦਾ ਮਰਨਾ ਨਹੀਂ ਚਾਹੀਦਾ ਇਹ ਗੱਲ ਪੱਕੀ ਹੈ ਬਟ ਰਜਾਇਜ ਪੰਗੇ ਵੀ ਨਹੀਂ ਲੈਣੇ ਚਾਹੀਦੇ ਯਾਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਲੋੜ ਹੀ ਕੀ ਹੈ ਯਾਰ ਤੁਸੀਂ ਆਪਣਾ ਕੰਮ ਕਰ ਰਹੇ ਹੋ ਵਧੀਆ ਆਪਣਾ ਕੰਮ ਕਰੀ ਚੱਲੋ ਸਾਈਡ 'ਤੇ ਹੈ ਨਾ ਕੀ ਲੋੜ ਪਈ ਹੈ ਸਿੱਖਿਆ ਦੇਣ ਦੀ ਦੁਨੀਆਂ ਨਹੀਂ ਹੈਗੀ ਸਿੱਖਿਆ ਦੇਣ ਵਾਲੀ ਮੂਸੇ ਵਾਲੇ ਨੇ ਵੀ ਜੇ ਸਿੱਖਿਆ ਦਿੱਤੀ ਸੀ ਤਾਂ ਗਾਲਾਂ ਪਈਆਂ ਠੀਕ ਹੈ ਅੱਗਿਓਂ ਸੋ ਕੋਈ ਫਾਇਦਾ ਨਹੀਂ ਪਾਈ ਇੱਥੇ ਆਪਣਾ ਆਪਣਾ ਕੰਮ ਕਰੋ ਅਤੇ ਪਲੀਜ਼ ਉਸ ਬੰਦੇ ਨੂੰ ਟਾਰਗੇਟ ਨਹੀਂ ਕਰੀਦਾ ਹੁੰਦਾ ਜਿਹੜਾ ਵੱਡਾ ਇਸ ਦੁਨੀਆਂ 'ਚ ਹੈ ਨਹੀਂ ਜਾਂ ਤਾਂ ਉਹਦੇ ਹੁੰਦੇ ਹੋਏ ਟਾਰਗੇਟ ਕਰਦੇ ਫਿਰ ਸਾਡੇ 'ਚੋਂ ਕਿਸੇ ਨੇ ਕੁਛ ਨਹੀਂ ਸੀ ਬੋਲਣਾ ਉਹਨੇ ਆਪ ਹੀ ਜਵਾਬ ਦੇ ਦੇਣਾ ਸੀ ਅਤੇ ਐਸਾ ਜਵਾਬ ਦੇਣਾ ਸੀਗਾ ਫਿਰ ਬੋਲਣਾ ਸੀ ਅੱਗੇ ਤੋਂ ਲੌਂਗ ਲਿਵ ਦਿਲਾਂ ਵਿੱਚ ਰਹਿਣੀਆਂ ਜੱਟ ਦੇ ਨੇ ਥਾਂ ਰਾਣੀਏ ਉਹ ਪੱਗਾਂ ਵਾਲਿਆਂ ਦੇ ਹੁੰਦੇ ਨਾ ਮੁਕਾਬਲੇ ਰੰਗਾਉਂਦੇ ਵਲ ਤਾਂ ਰਾਣੀਏ ਥਾਪੀ ਦਾ ਵੀਰੇ ਤੇਰੀ ਸਾਰੀ ਜ਼ਿੰਦਗੀ ਸਾਰੀ ਮੈਨਕਾਈਂਡ ਦਾ ਐਂਡ ਤੱਕ ਤੇਰੀ ਥਾਪੀ ਵੱਜਦੀ ਰਹੂਗੀ ਆਪਾਂ ਵੀ ਕਹਿਣ ਜੋਗੇ ਹੋਵਾਂਗੇ ਕਿ ਯਾਰ ਆਹ ਦੇਖੋ ਆ ਸਾਡੀ ਜਨਰੇਸ਼ਨ ਦਾ ਲੈਜੈਂਡ ਸੀ ਇਹ ਬੰਦਾ ਠੀਕ ਆ ਅਤੇ ਸਾਡਾ ਇਹ ਕੰਮ ਹੈ ਯਾਰ ਅਸੀਂ ਅਗਲੀ ਪੀੜ੍ਹੀ ਤੱਕ ਇਸ ਬੰਦੇ ਨੂੰ ਲੈ ਕੇ ਜਾਣਾ ਠੀਕ ਆ ਹਿਜ਼ ਬਿਗ ਮੈਨ ਹਿਜ਼ ਬਿਗ ਉਹਦੇ ਨਾਲ ਨਹੀਂ ਯਾਰ ਮੈਂ ਕਿਸੇ ਨੂੰ ਮੰਨਦਾ ਹੀ ਨਹੀਂ ਉਹਦੇ ਲੈਵਲ ਦਾ ਐਵਰੀਬਡੀ ਇਜ਼ ਐਨ ਅਲੱਗ ਲੀਗ ਠੀਕ ਹੈ ਜਿਹੜੀ ਲੀਗ 'ਚ ਮੂਸੇ ਵਾਲਾ ਸੀਗਾ ਉਸ ਲੀਗ 'ਚ ਕੋਈ ਨਹੀਂ ਸੀਗਾ ਆਈ ਐਮ ਸੋਰੀ ਠੀਕ ਹੈ ਨੋ ਬਡੀ ਸਪੋਕ ਡੋ ਸਪੀਕਸ ਅਬਾਊਟ ਪੰਜਾਬ ਠੀਕ ਹੈ ਜਿੰਨਾ ਉਹਨੇ ਬੋਲਿਆ ਜਾਂ ਕੁਛ ਵੀ ਯਾਰ ਅਗਲਾ ਸਰੇ ਸ਼ਰੇਆਮ ਮੋਦੀ ਨੂੰ ਪਤਾ ਨਹੀਂ ਕੀ ਉਹਨੇ ਇੱਕ ਗਾਣਾ ਵੀ ਗਾਇਆ ਸੀਗਾ ਥੋੜ੍ਹੇ ਦਿਨ ਪਹਿਲਾਂ ਮੈਂ ਤੁਹਾਨੂੰ ਸੁਣ ਰਿਹਾ ਸੀਗਾ ਉਹ 'ਚ ਮੋਦੀ ਨੂੰ ਸਿੱਧਾ ਹੀ ਟਾਰਗੇਟ ਕੀਤਾ ਸੀ ਹੈ ਨਾ ਸੋ ਕਿਸੇ ਦੇ ਐਡਾ ਦਮ ਹੈ ਨਹੀਂ ਜਿਹੜੇ ਵੀ ਹੈਗੇ ਨੇ ਠੀਕ ਹੈ ਗੱਲ ਉਹੀ ਹੈ ਜਿਨ੍ਹਾਂ ਨੇ ਦਮ ਦਿਖਾਇਆ ਉਹ ਜਾਂ ਤਾਂ ਜੇਲ੍ਹਾਂ 'ਚ ਨੇ ਅਤੇ ਜਾਂ ਫਿਰ ਸੱਚੇ ਪਾਤਸ਼ਾਹ ਕੋਲ ਹੈ ਨਾ ਸੋ ਇਹ ਚੱਕਰ ਹੈ ਕਿ ਹਿੰਮਤ ਚਾਹੀਦੀ ਹੁੰਦੀ ਹੈ ਸਭ ਕੁਝ ਕਰਨ ਵਾਸਤੇ ਸਤਿ ਸ਼੍ਰੀ ਅਕਾਲ